ਇਹਦੀ ਅਲੀਮ ਇਬਾਦਤ ਹੈ ਜੋ ਮੌਲਾ ਸਜਾਦ ਮਸਜਿਦ ਵਿੱਚ ਨਮਾਜ਼ ਪੜ੍ਹਦੇ ਰਹੇ ਮਲੰਗ ਤਬਰੇ ਕਰਿੰਦਾ ਰਿਹਾ ਕਿਆਦਾ ਰਿਹਾ ਪਾਕ ਮੁਹੰਮਦ ਦੀ ਧੀ ਤੇਰੇ ਕਾਤਿਲ ਕਰਾਰ ਇੱਕ ਅਫਸੋਸ ਮਨ ਲੱਗੇ ਜਿਹੜਾ ਲਾ ਕੇ ਰੁਕਿਆ ਉਸ ਟੈਂਚ ਨਹੀਂ ਕੀਤਾ ਜੋ ਮਤ ਗੋਲੀ ਸਰ ਲੱਗ ਵਜੇ ਦੁਆ ਮੰਗੋ ਮੌਲਾ ਨਬੀ ਦਾ ਸ਼ਿਕਜੀਏ ਦੇ ਕਾਤਲਨ ਬੇਨਕਾਬ ਕਰੇ ਮੌਲਾ ਉਹਨਾਂ ਨੂੰ ਜ਼ਲੀਲ ਕਰੇ ਆਲੇ ਮੁਹੰਮਦ ਜ਼ਾਕਿਰ ਔਰ ਅਦਾਦਾਰੀ ਦੇ ਦੁਸ਼ਮਣਾਂ ਮੌਲਾ ਤਬਾਹ ਕਰੇ ਉਹ ਕਮੀਨੇ ਜਾਂ ਥੱਕੇ ਨਹੀਂ ਖੁਦ ਕੁਛ ਹਮਲੇ ਕੀਤੇ ਨੇ ਅਸਾਂ ਦੋ ਦੋ ਲਾਸ਼ਾਂ ਚਾ ਕੇ ਉਸ ਜਾ ਤੇ ਵੱਧ ਗਿਆ ਇਹ ਬੁਰਦਿਲ ਪੀਰ ਦਾ ਬੁਰਦਿਲ ਮੁਰੀਦ ਹੈ ਜਾਂ ਲੋਕ ਕੇ ਮਰੇ ਹੈ ਤੁਸੀਂ ਜੀ ਡਰੇ ਬੈਠੋ ਵੀ ਗੋਲੀ ਵਾਲਾ ਵਿਚਾਰਿਆ ਬੈਠਾ ਤਾਂ ਅੱਲਾ ਦੇ ਨਾਮ ਨਹੀਂ ਤਾਈਦ ਕੀਤੀ ਕਰੋ ਮੌਲੋ ਦੇ ਦਰਜਾਤ ਬੁਲੰਦ ਕਰੀ ਜਿਤਨੇ ਸ਼ੋਦਾਏ ਮਿਲਤ ਤੇ ਇਮਾਮ ਜ਼ਮਾਨਾ ਉਹਨਾਂ ਦੇ ਦਰਜਾਤ ਬੁਲੰਦ ਕਰੀ ਮੌਲਾ ਕਾਇਨਾਤ ਹਰ ਮੁਮਿਨ ਮੁਸਲਮਾਨ ਦੀ ਮੁਹਾਫਜ਼ਤ ਕਰੇ ਇੱਕ ਨਵੀ ਆਸ਼ਿਕ ਵੀ ਇਹ ਨਹੀਂ ਕਈ ਪੈਦਾ ਹੋਵੇ ਸਨ ਇਹ ਜ਼ਿਕਰ ਜਾਰੀ ਰਹਿਣਾ ਇਹ ਜ਼ਿਕਰ ਜਾਰੀ ਰਹਿਣਾ ਮੈਂ ਸੈਯਦਾਂ ਹੂੰ ਮੈਂ ਤੁਰ ਵੈਸਾ ਮੇਰੀ ਫਕੀਰਾਂ ਨਾ ਗਦਾ ਕਰੀਏ ਡਿਪਟੀ ਹੁਸੈਨ ਲਾਈ ਹੋਈਆਂ ਦੋ ਇੱਕ ਮਿੰਨਤ ਕਰਕੇ ਰਹਿੰਦਾ ਪਿਓ ਦੋ ਗੱਲਾਂ ਤੇ ਮਰਦਾ ਮਰ ਵਜੇ ਦੋ ਗੱਲਾਂ ਤੇ ਕੰਪਰੋਮਾਈਜ਼ ਨਾ ਕਰੇ ਇੱਕ ਦਾ ਰਾਹ ਦੇ ਦੁਸ਼ਮਣਾਂ ਨਾਲ ਕੰਪਰੋਮਾਈਜ਼ ਨਾ ਕਰੇ ਕਲੀਲੀ ਵਿਲਾਇਤ ਤੇ ਕੰਪਰੋਮਾਈਜ਼ ਨਾ ਕਰੇ ਮੁਫਤ ਹਜ ਦਾ ਐਲਾਨ ਕੀਤਾ ਹੁਕਮ ਵੀ ਬਾਰ ਬਾਰ ਤੇ ਬਜ਼ੁਰਗਾਂ ਦਾ ਹੁਕਮ ਹੈ ਸਾਰੀਆਂ ਲਾਕਰੀਆਂ ਸੀਡੀਆਂ ਦੀਆਂ ਲਾਕਰੀਆਂ ਨਹੀਂ ਹਨ ਅਸੀਂ ਆਪ ਪੜ੍ਹਦੇ ਹਾਂ ਤੇ ਆਪ ਲਿਖਦੇ ਹਾਂ ਜਿਹਦੀ ਜ਼ਰੂਰਤ ਹੋਵੇ ਹਵਾਲੇ ਮੰਗਣੀ ਉਸ ਮਜਲਸ ਦੇ ਬਾਅਦ ਮਿਲ ਲਵੇ ਰੋਲਾ ਤਾਂ ਹਵਾਲੇ ਵਾਲਾ ਹੈ ਨਾ ਕਿ ਤੂੰ ਪਿਆ ਪੜ੍ਹਦਾ ਹੈ ਤੇ ਮੈਂ ਆਪਣੀ ਥੋੜ੍ਹੀ ਜਿਹੀ ਮਹਿਦੂਦ ਲਾਕਰੀ ਦੇ ਅਰਸੇ 'ਚ ਮੈਂ ਇਹ ਗ੍ਰੰਥ ਕੱਢਿਆ ਹੈ ਪੁੱਛਦਾ ਉਹ ਹੋਏ ਜਿਸ ਨੂੰ ਆਪ ਨੂੰ ਪਤਾ ਕੋਈ ਨਹੀਂ ਹੁੰਦਾ ਆਪਣਾ ਪਤਾ ਨਹੀਂ ਆਪਣਾ ਆਪਣਾ ਉਸ ਮੁਫਤ ਹਜ ਦਾ ਐਲਾਨ ਕੀਤਾ ਮੈਂ ਤੋਂ ਨਾਲਾ ਹੁਣ ਇਸ ਕਾਰਨ ਨਹੀਂ ਅਕੀਦੇ ਬੁਲੇਂਦੇ ਕਿ ਮੇਰੀਆਂ ਸਤਰਾਂ 'ਚ ਕੁਝ ਹੋਇਆ ਤਾਂ ਬੁਲੇ ਸੀ ਅੰਦਰ ਇਹ ਰੱਜੇ ਹੋਏ ਬੰਦੇ ਨੂੰ ਉਹ ਵੀ ਬਹੁਣੀ ਹਲਾਵਣਾ ਚਾਹੀਦਾ ਹੁਣ ਤਾਜ਼ਾ ਲੰਗਰ ਕਰਕੇ ਆਇਓ ਤੁਸੀਂ ਆਪਣੇ ਲੰਗਰ ਨਾਲ ਮੁਕਾਬਲਾ ਕਰੋ ਮੈਂ ਤੁਹਾਨੂੰ ਸਬਕ ਸੁਣਾ ਲੈ ਆਖਰੀ ਬੰਦੇ ਤਾਈਂ ਸਲਵਾਤ ਵੀ ਪੜੋ ਜੀ ਮੇਰਾ ਦਿਲ ਕਰੇ ਬਈ ਮੈਂ ਕਸੀਦਾ ਸੁਣਾਵਾਂ ਮੁਫਤ ਹਜ ਅਗਰ ਮੈਂ ਦੂਏ ਪਾਸੇ ਬੈਠਾ ਤਾਂ ਮੇਰੀ ਹੈਰਾਨਗੀ ਬਣਦੀ ਸੈਂਕੜਿਆਂ ਦੀ ਤਾਦਾਦ ਸ਼ਿਕਾਰੀ ਕੁੱਤੇ ਕਈ ਉੱਠ ਸ਼ਰਾਬ ਦੀਆਂ ਬੋਤਲਾਂ ਨਾਲ ਲੱਦੇ ਹੋਏ ਇਹ ਅੰਗਰੇਜ਼ ਆ ਗਿਆ ਮੇਰਾ ਸਰ ਚਕਰਾ ਗਿਆ ਥੋੜ੍ਹੇ ਗੈਰ ਮਜ਼ਹਬ ਮੈਂ ਇਸਦੇ ਕੋਲ ਗਿਆ ਮੈਂ ਕਿਹਾ ਹੁਸ਼ਾਮ ਕਿਆ ਤੂੰ ਮੁਸਲਮਾਨ ਨਹੀਂ ਅਗਰ ਮੁਸਲਮਾਨ ਆ ਇਹ ਅੰਗਰੇਜ਼ਾਂ ਦੇ ਕਿਆ ਕਾਬਾ ਮੁਕੱਦਸ ਮਕਾਮ ਨਹੀਂ ਕਿਆ ਜਿਹੜਾ ਬੋਲ ਸਕੇ ਉਹ ਤਾਂ ਬੋਲੇ ਅਗਰ ਮੁਕੱਦਸ ਮਕਾਮ ਨਹੀਂ ਇਹ ਆਦਾ ਹੈ ਸਾਡੇ ਮਜ਼ਹਬ ਵਿੱਚ ਸ਼ਰਾਬ ਹਰਾਮ ਨਹੀਂ ਅਗਰ ਹਰਾਮ ਨਹੀਂ ਕੁੱਤਾ ਨਹੀਂ ਸੁਲੈਨ ਨਹੀਂ ਨਹੀਂ ਸੁਲੈਨ ਨਹੀਂ ਇਹ ਨਹੀਂ ਜੇ ਤਸਵੀਰ ਨਿਜਰਾਨ ਆਦਾ ਹਜ ਕਰਨਾ ਚਾਹੁੰਦਾ ਹੈ ਜਾਂ ਕਾਬੇ ਦੀ ਹੁਰਮਤ ਨੂੰ ਪਾਮਾਲ ਕਰਨਾ ਚਾਹੁੰਦਾ ਇਹ ਕਮੀਨ ਆਦਾ ਤੈਨੂੰ ਪਤਾ ਨਹੀਂ ਉੱਥੇ ਬਣ ਕੇ ਕਾਬੇ ਦੇ ਬਾਹਰੋਂ ਮੈਂ ਖੈਮਾ ਲੈ ਸਾਂ
آپ سیت باسا ان لوگ ناکسا ایرام بنو میں جن ان عورت مرد ایرام بن لے ان شراب پیوے سا ان دیا اکلا زائل کرے سا ان ناکسا پہلے ڈیرا طواف کرو بھت کعبے دا کرو آپ بے شمار یہ انگریز آتے میں نال ٹر کے لیکن میرا دماغ تذبذب لگ گیا کرنا کیا چاہتا ہے اس اتنے والے کی اوہ کام کیتا ہے کعبے دے باہر خیمہ دائت این نید پا رہتے ہیں نہ میں بھولیا کہ نہ میں اس فضائل کی بھولا میں نے میں کہہ مزمین کدی بھولیا جتنی توجہ نہ تو رسول دے پر میں یقینی میں نے قصیدے دی محنت دا اجر مل سی یاد ہے این نید پا رہتے آئی انگریز آتا ہے یہ لے آپ کرسی پہ بیٹھے علاقہ ایرام بنی اور مردہ ایرام بنی انگریز آ گئے اجے شراب دیا بوتلوں کے منہ کھلے نہ شک دم سورج کا رنگ سیاہ ہو رہا ہاتھ سے ہاتھ نظر نہیں آتا یہ آ گئے میں دینا پاک ذہن میں دیا یہ سمجھ گیا کہ دائیں اللہ نے قیامت نہیں برپا کر دی تھی توجہ کرائے یہ انگریز آتا ہے میں اسے خیال کھڑوتا ہاں جہ جنوب والے پاس ہو ایک نور نے چمک ماری ہے توجہ ہے ایک نور نے چمک ماری ہے تو صحیح اللہ ذہین پی گئے ہو یہ آج دی مجلس پوری ذاکر نہیں پی دیتے ہو کہ اللہ نے بڑا قیمتی آئی یہ انگریز آتا ہے یہ جنوب والے پاس ہو ایک نور نے چمک ماری اس کے بعد شام دے دربار تنخواہ دار شاعر ہو گیا ہے ہوں تو فرض دا بڑا مقام ہے فرض دا کہ تنخواہ دار شاعر ہے ان سنا مدار کر رہے ہیں یہ ایک ہے فرض دا کہ کون ہے جن کی پہچانی دے نور نے پورے عالم کو منور کر دیتا ہے کاٹ کر آ لے اور دور دراز تو آئے ہوئے حلالی موالی اور جڑا مقدر بدلن تے آوے تا ڈھیل این فرض تک بچھے اید مقدر کروٹ بدلی اید پاسے وے کیا جائے میں تین کمینے تے لعنت کر لینا ہوں تو بول کو اید تعارف کرے نا جی ایک قوم نے اللہ دے گال گواہ بنا کے فرض تک نے جڑا سستی دا تعارف کرا جائے میں قصیدہ لکھے سنا ہاں انہاں دا ہاتھ تے راں دا ارادہ ہے اے اپنی چاس وچ پے رہندی ساڈی جڑ نکل رہندی کیڑی گل آتا ہے فرض کلمہ رسالہ مجھ سبے امامت دیئے چاہتی
مقام ویکنا امام دا امام دا مقام کیا ہے دنیا دار امام نہیں اللہ دا چنا ہوا امام اے گل کریں دے تائیں میرے امام اللہ دے گھر کول آ گئے سانو ہی پھیرنا شیر تے غور کرنا حالت کیڑی آئی مریض پانی بھی منگ لے لے ہو کے دسا
ਦੇ ਹੱਥਾਂ ਪੈਰਾਂ ਤੇ ਘਸ ਗਏ। ਉਸਨੇ ਫਰਜ਼ਦਾਰ ਦੀ ਪੱਗ ਜਾਣ ਗਈ। ਸਾਰੇ ਸ਼ਾਮਲ ਹੋ ਗਏ।